ਸਤਿ ਸ਼੍ਰੀ ਅਕਾਲ, ਮੈਂ ਪੰਜਾਬੀ ਟੀਚਰ ਬਿਜ਼ਲਾਲ ਡੀ ਏ ਵੀ ਪਬਲਿਕ ਸਕੂਲ ਜਾਖਲ ਮੰਡੀ ਤੋਂ ਜਮਾਤ 9ਵੀਂ ਵਿਸ਼ਾ ਪੰਜਾਬੀ ਪੁਸਤਕ ਸਾਹਿਤਕ ਰੰਗ ਭਾਗ ਪਹਿਲਾ ਪਾਠ ਪਹਿਲਾ ਇੱਕ ਸਧਾਰਨ ਆਦਮੀ ਲੈ ਕੇ ਤੁਹਾਡੇ ਰੂਬਰੂ ਹੋ ਰਹੇ ਹਾਂ। ਕਹਾਣੀਕਾਰ ਹੈ ਇਸਦਾ ਸੰਤੋਖ ਸਿੰਘ ਧੀਰ। ਸਾਰ ਇਸਦਾ ਬੱਚਿਓ, ਮੁੱਖ ਪਾਤਰ ਜਿਹੜੇ ਨੇ ਉਹਦਾ ਹੈ ਜੂਣਾ ਸਿੰਘ, ਉਸ ਦਾ ਭਰਾ ਹੈ ਬਚਨ ਸਿੰਘ ਅਤੇ ਇੱਕ ਜੂਣਾ ਸਿੰਘ ਦੇ ਖੇਤਾਂ ਦਾ ਹਿੱਸੇਦਾਰ ਸੱਦਾ ਸਿੰਘ ਅਕਾਲੀ। ਜੂਣਾ ਇੱਕ ਸਧਾਰਨ ਆਦਮੀ। ਇਸ ਕਹਾਣੀ ਵਿੱਚ ਕਹਾਣੀਕਾਰ ਨੇ ਜੂਣਾ ਸਿੰਘ ਨੂੰ ਇੱਕ ਸਧਾਰਨ ਆਦਮੀ ਦੇ ਤੌਰ 'ਤੇ ਪੇਸ਼ ਕੀਤਾ ਹੈ, ਕਿਉਂਕਿ ਜੂਣਾ ਸਿੰਘ ਬੜਾ ਸਿੱਧਾ ਸਾਦਾ ਆਦਮੀ ਹੈ ਜਿਸ ਦੀ ਉਮਰ 50 ਕੁ ਸਾਲ ਦੀ ਹੈ ਅਤੇ ਬੜਾ ਮਿਹਨਤੀ ਇੱਕ ਕਿਸਾਨ ਹੈ। ਉਸਨੇ ਕਦੀ ਆਪਣੀ ਜ਼ਿੰਦਗੀ ਵਿੱਚ ਕੁੱਤੇ ਨੂੰ ਕਦੀ ਸੋਟੀ ਵੀ ਨਹੀਂ ਸੀ ਮਾਰੀ, ਪਰ ਗੁੱਸੇ ਵਿੱਚ ਉਸ ਦੇ ਹੱਥੋਂ ਇੱਕ ਕਤਲ ਹੋ ਜਾਂਦਾ ਹੈ। ਖੇਤਾਂ ਨੂੰ ਪਾਣੀ ਦੇਣ ਜਾਣਾ। ਜੂਣੇ ਦੇ ਖੇਤਾਂ ਦੀ ਪਾਣੀ ਦੇਣ ਦੀ ਖੇਤ ਨੂੰ ਵਾਰੀ ਸੀ। ਉਹ ਆਪਣੇ ਭਰਾ ਬਚਨ ਸਿੰਘ ਨੂੰ ਨਾਲ ਲੈ ਕੇ ਖੇਤਾਂ ਨੂੰ ਪਾਣੀ ਦੇਣ ਜਾਂਦਾ ਹੈ। ਆਕੜਖੋਰ ਸੱਦਾ ਸਿੰਘ ਅਕਾਲੀ। ਸੱਦਾ ਸਿੰਘ ਅਕਾਲੀ ਜੋ ਹੈ ਬੜਾ ਆਕੜਖੋਰ ਅਤੇ ਗੁੱਸੇਖੋਰ ਅਤੇ ਆਕੜ ਵਾਲਾ ਬੰਦਾ ਹੈ। ਉਹ ਸੋਚਦਾ ਹੈ ਕਿ ਅੱਜ ਪਾਣੀ ਦੀ ਵਾਰੀ ਉਸ ਦੀ ਹੈ। ਉਹ ਜਾ ਕੇ ਜੂਣਾ ਸਿੰਘ ਨੂੰ ਪਾਣੀ ਦੇਣ ਤੋਂ ਰੋਕਦਾ ਹੈ, ਜਿਸ ਦੇ ਕਾਰਨ ਦੋਵਾਂ ਦੇ ਵਿੱਚ ਬਹੁਤ ਜ਼ਿਆਦਾ ਲੜਾਈ ਹੋ ਜਾਂਦੀ ਹੈ। ਜੂਣੇ ਨੂੰ ਗੁੱਸਾ ਆਉਣਾ ਅਤੇ ਕਤਲ ਹੋਣਾ। ਜਦੋਂ ਸੱਦਾ ਸਿੰਘ ਅਤੇ ਜੂਣੇ ਦੇ ਵਿੱਚ ਪਾਣੀ ਨੂੰ ਲੈ ਕੇ ਬਹੁਤ ਲੜਾਈ ਹੁੰਦੀ ਹੈ ਤਾਂ ਜੂਣਾ ਸਿੰਘ ਬਹੁਤ ਗੁੱਸੇ ਵਿੱਚ ਆ ਜਾਂਦਾ ਹੈ, ਜਦੋਂ ਕਿ ਜੂਣਾ ਸਿੰਘ ਇੱਕ ਬੜਾ ਹੀ ਸਿੱਧਾ ਸਾਦਾ ਬੰਦਾ ਸੀ ਅਤੇ ਉਸ ਨੂੰ ਕਦੇ ਵੀ ਗੁੱਸਾ ਨਹੀਂ ਸੀ ਆਉਂਦਾ। ਪਰ ਉਸ ਦਿਨ ਗੁੱਸਾ ਆਉਣ ਦੇ ਕਾਰਨ ਜੂਣਾ ਸਿੰਘ ਨੇ ਗੁੱਸੇ ਵਿੱਚ ਆਪਣੀ ਕਹੀ ਇੰਨੀ ਜ਼ੋਰ ਦੀ ਧਰਤੀ ਦੇ ਉੱਤੇ ਮਾਰੀ ਕਿ ਉਹ ਕਹੀ ਬੁੜਕ ਕੇ ਜਾ ਕੇ ਸੱਦਾ ਸਿੰਘ ਦੇ ਸਿਰ ਉੱਤੇ ਲੱਗੀ ਅਤੇ ਸੱਦਾ ਸਿੰਘ ਉੱਥੇ ਹੀ ਢੇਰੀ ਹੋ ਗਏ। ਉਸ ਨੂੰ ਮਰਿਆ ਵੇਖ ਕੇ ਜੂਣਾ ਸਿੰਘ ਬਹੁਤ ਘਬਰਾ ਗਿਆ ਅਤੇ ਡਰ ਗਿਆ। ਉਹ ਘਰ ਨੂੰ ਗਿਆ, ਘਰ ਵੱਲ ਭੱਜਿਆ। ਜਦੋਂ ਘਰ ਗਿਆ ਤਾਂ ਉਸਨੂੰ ਚੈਨ ਨਹੀਂ ਸੀ ਆ ਰਿਹਾ, ਕਿਉਂਕਿ ਜੂਣਾ ਸਿੰਘ ਨੇ ਆਪਣੀ ਜ਼ਿੰਦਗੀ ਵਿੱਚ ਕਦੇ ਵੀ ਝੂਠ ਨਹੀਂ ਸੀ ਬੋਲਿਆ, ਪਰ ਹੁਣ ਡਰ ਦੇ ਕਾਰਨ ਉਹ ਆਪਦਾ ਸੱਚ ਛੁਪਾ ਰਿਹਾ ਸੀ। ਫਿਰ ਜੂਣਾ ਸਿੰਘ ਨੇ ਹਿੰਮਤ ਕੀਤੀ ਅਤੇ ਦੱਸ ਦਿੱਤਾ ਕਿ ਉਸ ਦੇ ਹੱਥੋਂ ਸੱਦਾ ਸਿੰਘ ਦਾ ਕਤਲ ਹੋ ਗਿਆ ਹੈ, ਜਿਸ ਦੇ ਕਾਰਨ ਪੁਲਿਸ ਉਸ ਨੂੰ ਫੜ ਕੇ ਲੈ ਗਈ। ਬੱਚਿਓ, ਗੁੱਸਾ ਜਿਹੜਾ ਹੈ ਬਹੁਤ ਵੱਡੇ ਵੱਡੇ ਸਾਡੇ ਤੋਂ ਗਲਤ ਕੰਮ ਕਰਵਾ ਦਿੰਦਾ ਹੈ। ਹਮੇਸ਼ਾ ਗੁੱਸੇ ਨੂੰ ਕਾਬੂ ਵਿੱਚ ਰੱਖਣਾ ਚਾਹੀਦਾ ਹੈ। ਆਪਣੇ ਗੁੱਸੇ ਨੂੰ ਕਾਬੂ ਵਿੱਚ ਰੱਖੋ, ਕਿਸੇ ਦੀਆਂ ਭੜਕਾਊ ਗੱਲਾਂ ਵਿੱਚ ਨਹੀਂ ਆਉਣਾ ਚਾਹੀਦਾ। ਸੱਚ ਹੀ ਕਿਸੇ ਨੇ ਕਿਹਾ ਹੈ ਕਿ ਇੱਕ ਚੁੱਪ 100 ਸੁੱਖ ਵਾਲੀ ਹੀ ਸੋਚ ਸਾਨੂੰ ਅਪਣਾਉਣੀ ਚਾਹੀਦੀ ਹੈ। ਹੁਣ ਬੱਚੇ ਪ੍ਰਸ਼ਨ ਨੇ, ਇਹ ਪ੍ਰਸ਼ਨ ਜੋ ਤੁਸੀਂ ਆਪ ਕਰਨੇ ਹਨ। ਪਹਿਲਾ ਪ੍ਰਸ਼ਨ ਹੈ, ਜਿਉਣਾ ਪਹਿਲਾਂ ਕਿਹੋ ਜਿਹਾ ਆਦਮੀ ਸੀ? ਦੂਜਾ ਪ੍ਰਸ਼ਨ ਹੈ, ਨਿਆਈ ਵਾਲੇ ਖੂਹ ਦੇ ਹਿੱਸੇਦਾਰ ਕੌਣ ਕੌਣ ਸਨ? ਤੀਸਰਾ ਸਾਡਾ ਪ੍ਰਸ਼ਨ ਹੈ, ਜਿਉਣੇ ਦੇ ਭਰਾ ਦਾ ਨਾਂ ਕੀ ਸੀ? ਚੌਥਾ ਪ੍ਰਸ਼ਨ ਹੈ, ਸੱਦਾ ਸਿੰਘ ਦੀ ਮੌਤ ਖੇਤੀ ਦੇ ਕਿਸ ਸੰਦ ਨਾਲ ਹੋਈ? ਪੰਜਵਾਂ ਪ੍ਰਸ਼ਨ ਹੈ, ਜਿਉਣੇ ਨੂੰ ਪੁਲਿਸ ਕਿਉਂ ਫੜ ਕੇ ਲੈ ਗਈ ਸੀ? ਹੁਣ ਬੱਚਿਓ, ਜਿਹੜਾ ਇਹ ਕੁਸਚਨ ਹੈ, ਇਹ ਕੁਸਚਨ ਤੁਸੀਂ ਅਸਾਈਨਮੈਂਟ ਸ਼ੀਟ ਦੇ ਉੱਤੇ ਤੁਸੀਂ ਆਪ ਖੁਦ ਆਪਣੇ ਵਿਚਾਰ ਲਿਖਣੇ ਹਨ। ਪਲ ਭਰ ਦਾ ਗੁੱਸਾ ਜ਼ਿੰਦਗੀ ਨੂੰ ਬਰਬਾਦ ਕਰ ਸਕਦਾ ਹੈ, ਇਸ ਤੋਂ ਬਚਣ ਲਈ ਕੀ ਕੁਝ ਕੀਤਾ ਜਾ ਸਕਦਾ ਹੈ, ਇਹ ਤੁਸੀਂ ਆਪਣੇ ਵਿਚਾਰ ਲਿਖਣੇ ਹਨ। ਦੂਸਰਾ ਹੈ, ਕੀ ਤੁਹਾਨੂੰ ਕਦੇ ਗੁੱਸਾ ਆਇਆ ਹੈ? ਉਸ ਗੁੱਸੇ ਕਾਰਨ ਤੁਹਾਡਾ ਜਾਂ ਕਿਸੇ ਦਾ ਕੋਈ ਨੁਕਸਾਨ ਵੀ ਹੋਇਆ ਹੈ? ਉਸ ਨੂੰ ਆਪਣੇ ਸ਼ਬਦਾਂ ਦੇ ਵਿੱਚ ਤੁਸੀਂ ਬਿਆਨ ਕਰਨਾ ਹੈ। ਧੰਨਵਾਦ। ਪਰਮਾਤਮਾ ਭਲਾ ਕਰੇ ਅਤੇ ਸਾਨੂੰ ਤੰਦਰੁਸਤੀਆਂ ਬਖਸ਼ੇ।